वेलकम टू खन्ना न्यूज़ लाइव। अक्सर ही पंजाब पुलिस अपनी कार्यशैली नूं लै के विवादां विच घिरी रहिंदी है। इसे तरह का एक नवा विवाद खन्ना शहर विच सामने आया है, जिथे बुजुर्ग जोड़े ने पुलिस उपर थाने अंदर कुटमार करन, पग उतारन अते दाढ़ी पुट्टन दे दोष लगाए हन। बुजुर्ग जोड़े ने अपनी धी दे नाल भी पुलिस वल्लों बदसलूकी करन अते थप्पड़ मारन दे दोष लगाए हन। इस तों बाद इह तिन्ने जाने सरकारी हस्पताल विच दाखिल हन। पुलिस वल्लों बुजुर्ग जोड़े दे घर जाण दी सीसीटीवी फुटेज भी सामने आईआं हन। अते दूजे पासे उच्च अधिकारियों वल्लों इस मामले की जांच शुरू कर दित्ती है। ਕੁਲਦੀਪ ਕੌਰ ਹੈ। ਕੀ ਹੋਇਆ ਸੀ? ਕੁਛ ਨਹੀਂ ਜੀ ਹੋਇਆ, ਸਾਡਾ ਬੇਟਾ ਨਸ਼ੇ 'ਚ ਕਰਨ ਲੱਗ ਗਿਆ ਸੀ। ਅਸੀਂ ਉਹਨਾਂ ਨੂੰ ਕਹਿ ਤਾ ਵੀ ਇਹਨੂੰ ਨਸ਼ੇ ਹਟਾਉਣੇ ਨੇ, ਕਹਿ ਤਾ ਉਹਨਾਂ ਨੂੰ ਚੁਕਾ ਤਾ ਸਾਨੂੰ। ਅਸੀਂ ਦੋ ਮੁੰਡੇ ਜਿਹੜੇ ਉਹਦੇ ਨਾਲ ਨਸ਼ੇ ਕਰਨ ਵਾਲੇ ਸੀਗੇ, ਉਹਨਾਂ ਪੁਲਿਸ ਕੋਲ ਲਿਜਾ ਕੇ ਸਦਰ ਥਾਣੇ 'ਚ ਕਹਿ ਤਾ, ਜਦਕਿ ਸਾਨੂੰ ਸੀਟੀ ਪੈਂਦਾ। ਸਦਰ ਥਾਣੇ ਵਿੱਚ ਗਏ, ਉੱਥੇ ਜਾ ਕੇ ਉਹਨਾਂ ਨੇ ਨਾਲ ਲੱਗ ਕੇ ਮਿਲੀ ਭੁਗਤ ਪੁਲਿਸ ਵਾਲਿਆਂ ਨੇ ਨਾਲ ਉਹਨਾਂ ਦੇ, ਸਾਨੂੰ ਕਹਾ ਸੁਣੀ ਕਰੀ, ਬੋਲੇ, ਗਾਲੀ ਗਲੋਚ ਕਰੀ, ਸਾਨੂੰ ਰਾਤ ਨੂੰ ਲਿਆਏ, ਲਿਆ ਕੇ ਆ ਕੇ ਥਾਣੇ ਸਾਡੇ ਕੁੱਟਮਾਰ ਕਰੀ ਜੀ। ਕੌਣ ਸੀਗਾ ਜੀ ਉਹ? ਤਾਂ ਜੀ ਇਹ SI ਦਾ ਇੱਕ ਤਾਂ ਮੈਣੀ ਕਹਿੰਦੇ ਨੇ ਉਹ ਆ ਜੀ, ਨਾ ਪਤਾ ਨਹੀਂ ਪੂਰਾ ਕੀ ਹੈ। ਦੋ ਮੁੰਡੇ ਸੀਗੇ ਉਹ, ਇੱਕ ਨਾਂ ਜੱਗੀ ਸੀ, ਇੱਕ ਨਾਂ ਸੇਵਾ ਸੀਗਾ। ਦੋ ਮੁੰਡੇ ਸੀ ਪੁਲਿਸ ਵਾਲੇ, ਹਾਂਜੀ ਉਹੀ ਉਹਨਾਂ ਦੇ ਨਾਲ ਰੱਗ ਕੇ ਜੀ, ਸਾਨੂੰ ਵੀ ਤੁਹਾਡਾ ਮੁੰਡਾ ਕਿੱਥੇ ਆ ਸਾਨੂੰ ਦੱਸੋ। ਅਸੀਂ ਦੱਸਣਾ ਨਹੀਂ ਸੀ ਚਾਹੁੰਦੇ ਵੀ ਕਿ ਉਹਨਾਂ ਨੂੰ ਪਤਾ ਲੱਗ ਜੂਗਾ, ਫਿਰ ਉੱਥੇ ਪਹੁੰਚਣਗੇ ਉਹ ਨਸ਼ੇ ਮੁੰਡੇ, ਉੱਥੇ ਪਹੁੰਚਣਗੇ ਮੁੰਡੇ ਨੂੰ ਉਹਦੇ ਕਾਰਨ 'ਤੇ ਲੈ ਕੇ ਆਉਣ 'ਤੇ ਅਸੀਂ ਦੱਸਦੇ ਨਹੀਂ ਸੀ, ਤਾਂ ਕਰਕੇ ਇਹਨਾਂ ਫਿਰ ਸਾਡੇ ਨਾਲ ਪੁਲਿਸ ਵਾਲਿਆਂ ਨੂੰ ਮਿਲ ਕੇ ਸ਼ਰਾਬ ਪੀਤੀ ਹੋਈ ਸੀ ਉਹਨਾਂ ਨੇ, ਕੋਈ ਲੇਡੀ ਕੋ ਨਹੀਂ ਸੀ ਨਾਲ ਉਹਨਾਂ ਦੇ, ਸਾਨੂੰ ਲੈ ਕੇ ਆਏ ਦੋਹਾਂ ਨੂੰ, ਕੁੜੀ ਨੂੰ ਔਰ ਮੈਨੂੰ ਅਤੇ ਇਹਨਾਂ ਦੇ ਡੈਡੀ ਨੂੰ। ਉਹਨਾਂ ਦੇ ਦਾੜ੍ਹੀ ਪੱਟੀ, ਕੇਸ ਪੱਟੇ, ਸਿਰ 'ਚ ਜੁੱਤੀਆਂ ਮਾਰੀਆਂ, ਤਾਂ ਮੇਰੇ ਵੀ ਲੱਤਾਂ ਮਾਰੀਆਂ। ਪੁਲਿਸ ਵਾਲਿਆਂ ਨੇ ਦੱਸਿਆ ਨਹੀਂ ਵੀ ਤੁਹਾਨੂੰ ਚੱਕ ਕੇ ਕਿਉਂ ਲੈ ਕੇ ਆਏ? ਬਸ ਲੈ ਆਏ, ਕਹਿੰਦੇ ਆ ਕਿ ਤੁਸੀਂ ਮੁੰਡਾ ਦਾ ਨਹੀਂ ਦੱਸਦੇ ਵੀ ਮੁੰਡਾ ਕਿੱਥੇ ਹੈ, ਉਹਨਾਂ ਨਾਲ ਰਲ ਕੇ ਕਹਿੰਦੇ। ਹਾਂਜੀ, ਅਤੇ ਮੁੰਡਾ ਕਿੰਨੀ ਦੇਰ ਤੋਂ ਨਸ਼ਾ ਕਰਦਾ ਸੀ? ਉਹ ਤਾਂ ਪਤਾ ਨਹੀਂ ਜੀ, 2 ਕੁ ਮਹੀਨੇ ਤੋਂ ਲੱਗਿਆ ਹੋਣਾ, ਤਾਂ ਅਸੀਂ ਕਿਹਾ ਵੀ ਚਲੋ ਹੁਣੀ ਉਹ ਇਹਨੂੰ ਦੇਖਿਆ ਜਾਵੇ, ਸਾਂਭਿਆ ਜਾਵੇ। ਕਿੰਨੀ ਉਮਰ ਹੈ ਮੁੰਡੇ ਦੀ? ਮੁੰਡੇ ਹੋ ਗਏ 32 ਸਾਲ ਹੈ ਜੀ। ਕੀ ਕਰਦਾ ਕੀ? ਉਹ ਇਲੈਕਸ਼ਨ ਡਿਪਾਰਟਮੈਂਟ ਸੀਗਾ ਜੀ, ਉੱਥੋਂ ਨੌਕਰੀ ਵੀ ਛੱਡਿਆ ਆਇਆ ਤਾ। ਸਾਨੂੰ ਤਾਂ ਉੱਥੇ ਫੋਨ ਆਏ ਤਾਂ ਪਤਾ ਲੱਗਿਆ ਬਈ ਕੀ ਉਹ ਕਾਹਤੋਂ ਨਹੀਂ ਹੁੰਦਾ। ਫਿਰ ਅਸੀਂ ਗੌਰ ਜੀ ਕਰੀ, ਪਹਿਲਾਂ ਅਸੀਂ ਕਿਹਾ ਚੱਲ ਉੱਥੋਂ, ਵਿਆਹ ਹੋਇਆ ਹੋਇਆ ਸੀਗਾ, ਸਾਤੋਂ ਲੱਗ ਰਹਿੰਦਾ ਸੀ, ਬਹੂ ਚਲੀ ਗਈ ਸੀ ਛੱਡ ਕੇ। ਪਹਿਲਾਂ ਵੀ ਪੁਲਿਸ ਵਾਲਿਆਂ ਨੇ ਸਾਡੇ 'ਤੇ ਹੀ ਨਜਾਇਜ਼ ਝੂਠੇ ਪਰਚੇ ਕੱਟੇ, ਹੁਣ ਸਾਨੂੰ ਧਮਕੀਆਂ ਦੇਣ, ਤੁਹਾਡੇ 'ਤੇ ਪਰਚਾ ਕੱਟ ਦੂੰਗੇ, ਤੁਹਾਡੇ 'ਤੇ ਉਹ ਕਰ ਦੂੰਗੇ, ਬਹੁਤ ਕਰ ਦੂੰਗੇ। ਅਸੀਂ ਆਪਣੇ ਕੀ ਜੁਰਮ ਹੈ, ਅਸੀਂ ਆਪਣੇ ਕਿਹਦੀ, ਮੇਰੀ 60 ਸਾਲ ਹੈ, ਉਹ ਵੀ ਮੇਥੀ ਹੋਏ ਨੇ ਜੀ ਐਡਮਿਟ, ਉਹਨਾਂ 'ਤੇ ਵੀ ਉਹ ਮਾਰੀਆਂ ਸੱਟਾਂ ਸੁੱਟਾਂ ਇਹਨਾਂ ਨੇ। ਉਹਨਾਂ ਦੀ ਕਿੰਨੀ ਉਮਰ ਹੈ? ਉਹਨਾਂ ਦੀ ਵੀ ਰਿਟਾਇਰ ਹੋ ਗਏ ਜੀ ਆ ਪਿੱਛੇ 18 'ਚ। ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਮੰਗ ਕਰਦੇ ਹਾਂ ਜੀ, ਸਾਨੂੰ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਇਹਨਾਂ ਨੂੰ ਕਰਿਆ ਜਾਵੇ, ਇਹਨਾਂ ਦੀ ਵਰਦੀ ਉਤਰੇ, ਤਾਂ ਕਿ ਇਹਨਾਂ ਨੂੰ ਗਾਹਾਂ ਨੂੰ ਸਬਕ ਹੋਵੇ ਵੀ ਕਿਸੇ ਨੂੰ ਇੱਕ ਨਜਾਇਜ਼ ਤੰਗ ਪਰੇਸ਼ਾਨ ਕੀਤਾ ਜਾਂਦਾ। ਜਿਹੜੇ ਮਾਰੀ ਜੀ ਉਹਨਾਂ 'ਤੇ ਤਾਂ ਬਹੁਤ ਮਾਰੀਆਂ ਨੇ, ਉਹਨਾਂ 'ਤੇ ਸਿਰ 'ਚ ਸੱਟਾਂ ਵੱਜੀਆਂ ਹੋਈਆਂ, ਸਿਰ ਲਾਲ ਹੋਇਆ ਪਿਆ, ਸਿਰ 'ਚ ਜੁੱਤੀਆਂ ਲਾ ਕੇ ਮਾਰੀਆਂ ਉਹਨਾਂ ਨੇ, ਦਾੜ੍ਹੀ ਪੱਟੀ ਕੇ ਪੱਗ ਉਹ ਲਾਹ ਤਾ, ਪਰਨਾ ਲਾਹ ਤਾ, ਕੇਸ ਪੱਟੇ ਮਾਰਿਆ, ਫਿਰ ਢੂਹੀ ਜਿਹੀ ਲੱਤਾਂ ਸੱਟਾਂ ਬਹੁਤ ਵੱਜੀਆਂ ਹੋਈਆਂ ਉਹਨਾਂ 'ਤੇ ਤਾਂ। ਮੇਰੇ ਜਾਣੋ ਆ ਲੱਤ 'ਤੇ ਮਾਰਨ ਕਰਕੇ, ਲੱਤ 'ਤੇ ਮਾਰਨ ਕਰਕੇ ਮੇਰੀ ਲੱਤ ਨਹੀਂ ਹਿੱਲਦੀ, ਆ ਬਾਂਹ ਨਹੀਂ ਹਿੱਲਦੀ ਇੱਧਰੋਂ। ਜਦੋਂ ਸਰ ਪੁਲਿਸ, ਮਨਪ੍ਰੀਤ ਕੌਰ ਜੀ, ਕਿੱਥੇ ਰਹਿੰਦੇ ਤੁਸੀਂ? ਨਿਊ ਨਰੋਤਮ ਨਗਰ। ਕੀ ਇਸ਼ੂ ਹੈ ਤੁਹਾਡਾ? ਇਹ ਰਾਤ ਨੂੰ ਵੀ ਪੁਲਿਸ ਵਾਲੇ ਸਾਡੇ ਘਰ ਗਏ, ਇਹਨਾਂ ਨੇ ਸਾਨੂੰ ਕਿਹਾ ਵੀ ਤੁਹਾਨੂੰ ਸਿਟੀ ਸਦਰ ਦੇ ਵਿੱਚ ਬੁਲਾਇਆ ਜੀ ਤੁਹਾਨੂੰ, ਅਤੇ ਜਦੋਂ ਸਾਨੂੰ ਇਹਨਾਂ ਨੂੰ ਬੁਲਾਇਆ ਸਦਰ ਦੇ ਵਿੱਚ, ਸਾਨੂੰ ਇਹ ਨਾਲ ਲੇਡੀ ਕੋਂਸਟੇਬਲ ਕੋਈ ਨਹੀਂ ਸੀਗੀ, ਜੈਂਟਸ ਸੀਗੇ, ਇਹ 2 ਜਣੇ ਜੇ ਗਏ ਜੀ, ਇਹਨਾਂ ਸਾਨੂੰ ਵੀ ਨਾਲ ਲੈ ਕੇ ਆਏ ਨੇ। ਰਾਤ ਦਾ ਟਾਈਮ ਸੀ 9-10 ਵਜੇ ਦਾ ਟਾਈਮ ਹੋਊਗਾ ਜੀ, ਅਤੇ ਉਹ ਇਹ ਸਾਨੂੰ ਉਦੋਂ ਨਾਲ ਲੈ ਕੇ ਆਏ ਉੱਥੋਂ, ਅਤੇ ਆ ਕੇ ਇਹਨਾਂ ਨੇ ਰਸਤੇ ਦੇ ਵਿੱਚ ਮੈਂ MC ਅੰਕਲ ਨੂੰ ਕਿਹਾ, ਮੈਂ ਕਿਹਾ ਵੀ ਇਹਨਾਂ ਨਾਲ ਗੱਲ ਕਰ ਲਓ ਤੁਸੀਂ। MC ਅੰਕਲ ਨੇ ਕਿਹਾ ਵੀ ਮੇਰੀ ਗੱਲ ਕਰਾ ਦਿਓ ਤੁਸੀਂ ਵੀ ਕੌਣ ਆਏ ਨੇ। ਉਹਨਾਂ ਨੂੰ ਮੈਂ ਗੱਡੀ 'ਚੋਂ ਉਤਰ ਕੇ ਕਿਹਾ, ਮੈਂ ਕਿਹਾ ਵੀ ਤੁਸੀਂ ਗੱਲ ਕਰ ਲਓ MC ਅੰਕਲ ਨਾਲ। ਉਹਨਾਂ ਵਿੱਚ ਜੀ ਇੱਕ ਪੁਲਿਸ ਵਾਲਾ ਸੀਗਾ, ਉਹਨੇ ਮੈਂ ਉਹਨਾਂ ਨੂੰ ਜਦ ਕਿਹਾ, ਮੈਂ ਕਿਹਾ ਵੀ ਆਹ ਤੁਸੀਂ MC ਅੰਕਲ ਨਾਲ ਗੱਲ ਕਰ ਲਓ, ਉਹਨਾਂ ਨੇ ਮੇਰੇ ਥੱਪੜ ਮਾਰਿਆ ਜੀ।
फिर उस तो बाद जदों असी उत्थों आ गए इन्हां दे विच उन्हां ने सानू सदर थाने दे विच आ के उत्थे कुटमार कीती साडी। पहला मैनू कुटिया ही, मैनू कुट के मेरे थप्पड़ मारे, मैनू बाहर कढ़ते ही थाने दे विच। उस तो बाद मेरे मम्मी नू कुटिया, मेरे डैडी नू कुटिया ही। उस तो बाद मम्मी नू बाहर कढ़ते ही डैडी जी तो अंदर ही सीगे। डैडी जी ते काफ़ी कुटमार कीती जी, उन्हां दे सिर च जुत्तियां मारियां जी, पैर दब लिया। वजह सी मेरे भरा नशे करदा सीगा जी, उह मेरे ब्रदर जदों नशे करदा सी उहदे नाल जिहड़े दो तीन मुंडे सीगे उहनूं उत्थे छड्डण नहीं सी दे रहे नशा। ਉਹਨੂੰ ਪੁਲਿਸ ਵਾਲਿਆਂ ਦੇ ਨਾਲ ਮਿਲ ਕੇ ਉਹ ਸਾਡੇ ਕੋਲ ਉਹਦਾ ਐਡਰੈਸ ਪੁੱਛਦੇ ਸੀਗੇ ਵੀ ਉਹਦਾ ਐਡਰੈਸ ਕੀ ਹੈ। ਪੁਲਿਸ ਵਾਲੇ ਉਹਦੇ ਨਾਲ ਸੀਗੇ ਵੀ ਜਿਹੜੇ ਐਡਰੈਸ ਸਾਡੇ ਕੋਲ ਪੁੱਛਦੇ ਸੀਗੇ ਪੁਲਿਸ ਵਾਲਿਆਂ ਨੇ ਜਦੋਂ ਅਸੀਂ ਉਹਨਾਂ ਨੂੰ ਨਹੀਂ ਦੱਸਿਆ ਹੈਗਾ ਤਾਂ ਪੁਲਿਸ ਵਾਲਿਆਂ ਸਾਡੇ ਕੋਲ ਜ਼ਬਰਦਸਤੀ ਉਹਦਾ ਐਡਰੈਸ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਜੀ ਉਹਨਾਂ ਨਾਲ ਮਿਲ ਕੇ। ਕੌਣ ਸੀ ਪੁਲਿਸ ਮੁਲਾਜ਼ਮ, ਕੌਣ ਸੀ ਨਾਮ, ਕੋਈ ਪਤਾ? ਇੱਕ ਬਲਜੀਤ ਸਿੰਘ ਹੈ ਜੀ ਅਤੇ ਇੱਕ ਭੈਣੀ ਭੈਣੀ ਹੈ ਜੀ ਉਹਨੂੰ ਕਹਿੰਦੇ ਅਤੇ ਇੱਕ ਐੱਸ ਐੱਚ ਓ ਜੀ ਥਾਣੇ ਦਾ। ਉਹ ਐੱਸ ਐੱਚ ਓ ਥਾਣੇ ਦੇ ਐੱਸ ਐੱਚ ਓ ਨੇ ਆਪ ਖੁਦ ਕਿਹਾ ਜੀ ਇਹਨਾਂ ਨੂੰ ਵੀ ਕੁੱਟੋ, ਇਹਨਾਂ ਨੂੰ ਆਪ ਕੁਟਵਾਇਆ ਜੀ ਉਹਨੇ ਕੋਲ ਖੜ ਕੇ। ਤੇ ਬ੍ਰਦਰ ਤੁਹਾਡਾ ਕੀ ਕਰਦਾ ਸੀ? ਮੇਰਾ ਬ੍ਰਦਰ ਇਲੈਕਸ਼ਨ ਡਿਪਾਰਟਮੈਂਟ ਦੇ ਵਿੱਚ ਸੀ ਜੀ ਚੰਡੀਗੜ੍ਹ। ਤੇ ਤੁਹਾਨੂੰ ਕਦੋਂ ਤੋਂ ਪਤਾ ਲੱਗਿਆ ਨਸ਼ੇ ਕਰਨ ਦਾ? ਸਾਨੂੰ ਤਾਂ ਜੀ ਥੋੜ੍ਹੇ ਕੁ ਦਿਨਾਂ ਤੋਂ ਹੀ ਪਤਾ ਲੱਗਿਆ ਜੀ। ਤੇ ਹੁਣ ਕੀ ਮੰਗ ਕਰਦੇ? ਅਸੀਂ ਮੰਗ ਕਰਦੇ ਹਾਂ ਜੀ ਪ੍ਰਸ਼ਾਸਨ ਤੋਂ ਵੀ ਇਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ, ਇਹਨਾਂ ਨੂੰ ਨੌਕਰੀ ਤੋਂ ਹੀ ਕੱਢ ਦਿੱਤਾ ਜਾਵੇ ਇਹ ਜੇ ਘਟੀਆ ਬੰਦਿਆਂ ਨੂੰ। ਕਿਆ ਨਾਮ ਅੰਕਲ ਤੁਹਾਡਾ? ਹਾਂਜੀ, ਕਿਆ ਨਾਮ ਹੈ ਤੁਹਾਡਾ? ਜਸਮੇਲ ਸਿੰਘ ਜੀ। ਕੁਰਤਾ ਪਜਾਮਾ ਪਾਇਆ, ਮੈਂ ਆ ਕੇ ਬੈਣਾ ਜੀ ਇੱਥੇ ਥਾਣੇ ਜੀ, ਸਦਰ ਥਾਣੇ ਬੁਲਾਇਆ ਜੀ। ਨਾਲੇ ਸਦਰ ਥਾਣਾ ਸਾਨੂੰ ਲੱਗੇ ਨਾ ਵਾਸਤਾ ਨੇ ਜੀ, ਸਾਨੂੰ ਸਿਟੀ ਬੰਨ ਲੱਗਦਾ ਜੀ। ਹੁਣ ਲੈ ਕੇ ਕਹਿੰਦੇ ਜੀ, ਮੈਂ ਜੀ ਦੱਸੋ, ਕਹਿੰਦਾ ਜਿਹੜਾ ਕੁਛ ਅਸੀਂ ਕਹਿਣਾ ਲਿਖੀ ਚੱਲ, ਮੈਂ ਲਿਖਾ ਲਓ ਜਿਹੜਾ ਕੋਲ ਲਿਖਣਾ ਹੁਣ। ਮੈਂ ਜੀ ਪਤਾ ਤਾਂ ਲੱਗੇ ਕੀ ਗੱਲ ਹੋਈ ਆ, ਜਾਂ ਪੁੱਛਿਆ ਨਹੀਂ ਬਸ ਵਾਲਿਆਂ ਨੇ। ਕਹਿੰਦਾ ਤੂੰ ਵਾਲਾਂ ਪੱਗ ਮਾਰੀ ਲਾ ਕੇ ਮੇਰੀ ਵਾਲ ਫੜੇ ਲਏ ਜੀ, ਦਾੜੀ ਫੜ ਲਈ ਜੀ, ਮੰਦਰ ਕੁੱਟਣ ਲੱਗ ਗਏ ਲਿਜਾ ਕੇ ਜੀ। ਇੱਕਾ ਪੈਰ 'ਤੇ ਅੱਡੀ 'ਤੇ ਰੱਖ ਲਿਆ ਜੀ, ਪੈਰ 'ਤੇ ਪੈਰ 'ਤੇ ਉਂਗਲੀ 'ਤੇ ਅੱਡੀ ਰੱਖ ਲਈ ਜੀ, ਅਤੇ ਜੁੱਤੀ ਅੱਡੀਆਂ ਹੀ ਸਿਰ 'ਚ ਮਾਰੀ ਗਏ ਨੇ ਦੋਵੇਂ ਜਾਣੇ ਜੀ। ਕੌਣ ਕੌਣ ਸੀ ਉਹ ਦੋਵੇਂ ਥਾਣੇ ਦਾ? ਇੱਕ ਪੁਲਿਸ ASI ਸੀਗਾ ਜੀ, ਮੁਲਾਜ਼ਮੇ ਸੀ ਦੋਵੇਂ ਜੀ। ਤੁਸੀਂ ਕਿਹੜੀ ਡਿਪਾਰਟਮੈਂਟ ਨੌਕਰੀ ਕਰਦੇ ਜੀ? ਮਾਰਕਫੜ ਚੋਂ ਰਿਟਾਇਰ ਹੋਇਆ ਜੀ, ਮੈਂ ਪੈਨਸ਼ਨ ਵਾਸਤੇ ਗਿਆ ਸੀਗਾ ਜੀ ਕੱਲ੍ਹ ਚੰਡੀਗੜ੍ਹ। ਹਾਂਜੀ, ਅਤੇ ਕਾਰਨ ਕੀ ਰਿਹਾ ਇਹਦਾ? ਕਾਰਨ ਪਤਾ ਨਹੀਂ ਕੀ ਹੋਇਆ ਇਹਨਾਂ ਨੂੰ, ਕਾਹਤੇ ਕਾਰਨ ਕਰਿਆ ਵੀ ਕਾਹਦੇ ਮੈਨੂੰ ਕਰਿਆ ਇਹਨਾਂ ਨੂੰ, ਦੱਸਣ ਤਾਂ ਕੋਈ ਤਦੇ ਆ ਜੀ। ਅਤੇ ਹੋਰ ਪਰਿਵਾਰ 'ਚ ਕਿਹਨੂੰ ਕਿਹਨੂੰ ਲੈ ਕੇ ਗਏ ਸੀ? ਗੁੜੀਆ ਨੂੰ, ਮੇਰੀ ਨੂੰ, ਘਰਦਿਆਂ ਨੂੰ, ਮੇਰਿਆਂ ਨੂੰ ਵੀ, ਦੋਹਾਂ ਨੂੰ ਲੈ ਕੇ ਆਏ ਨੇ ਤਿੰਨਾਂ ਨੂੰ। ਹਾਂਜੀ, ਨਾ ਜੀ। ਅਤੇ ਕੁਛ ਪੁੱਛਿਆ ਹੋਊਗਾ ਉਹਨਾਂ ਨੇ ਤੁਹਾਨੂੰ? ਹਾਂਜੀ, ਪੁੱਛਿਆ ਹੋਣਾ ਤੁਹਾਨੂੰ ਕੁਛ? ਹਾਂਜੀ, ਨਾ ਕੁਛ ਵੀ ਨਹੀਂ ਪੁੱਛਿਆ, ਪੁੱਛੇ ਫਿਰ ਤਾਂ ਹੈ ਨਹੀਂ ਜੀ, ਪੁੱਛਿਆ ਕੁਛ ਵੀ ਨਹੀਂ ਸਾਨੂੰ। ਮੰਗ ਤਾਂ ਕਰਦੇ ਹੁਣ ਉਹਨਾਂ ਹੱਲ ਹੋਣਾ ਚਾਹੀਦਾ ਜੀ, ਜਿਹੜਾ ਬਗੈਰ ਨਜਾਇਜ਼ ਕਰੀਏ ਜੀ, ਇਹਦਾ ਰਖਵਾਲੇ ਵਾਸਤੇ ਐਂ ਥੋੜ੍ਹਾ ਵੀ ਹੁਣ ਦਾੜੀਆਂ ਪੱਟੋ, ਕੇਸ ਪੱਟੋ ਲੋਕਾਂ ਦੇ, ਇਹਦਾ ਮਾੜੀ ਗੱਲ ਆ ਜੀ। ਇਹਦਾ ਜੀ ਤੋਂ ਬਿਨਾਂ ਨਹੀਂ ਬੋਲਦੇ ਹੈਗੇ ਜੀ, ਇੱਕ ਤਾਂ ਬੰਦਾ ਮੂਹਰੇ ਉਖੜ ਕੇ ਬੋਲਦਾ ਫੇਰ ਹੈ ਜੀ। ਮੇਰਾ ਰਣਬੀਰ ਸਿੰਘ ਮਾਨ ਆ ਜੀ। ਕਿਹੜੇ ਵਾਰਡ ਦੇ ਹਮ ਸੀ? ਮੇਰੀ ਵਾਈਫ ਕੌਂਸਲਰ ਆ ਜੀ, ਪ੍ਰਭਜੋਤ ਕੌਰ, 9 ਨੰਬਰ ਵਾਰਡ ਦੇ। ਅੱਛਾ, ਇੱਕ ਰਾਤ ਤੁਹਾਡੇ ਵਾਰਡ ਦਾ ਇੱਕ ਮਸਲਾ ਹੋਇਆ ਅਤੇ ਸਿਟੀਜ਼ਨ ਮੀਆਂ ਬੀਬੀ ਨਾਲ ਕੁੱਟਮਾਰ ਕੀਤੀ ਗਈ ਹੈ, ਕੀ ਕਹਿਣਾ ਚਾਹੋਗੇ ਜੀ ਇਹਦੇ ਬਾਰੇ? ਤੁਹਾਡੇ ਨਾਲ ਗੱਲ ਵੀ ਹੋਈ ਹੈ ਫੋਨ? ਮੇਰੇ ਨਾਲ ਗੱਲ ਹੋਈ ਹੈ, ਸਰਦਾਰ ਜਸਮੇਲ ਸਿੰਘ ਨੇ, ਸੀਨੀਅਰ ਸਿਟੀਜ਼ਨ ਆ, ਮਾਰਕਫੈਟ ਦੇ ਵਿੱਚੋਂ ਰਿਟਾਇਰ ਨੇ ਜੀ ਡਰਾਈਵਰ। ਅਤੇ ਉਹਨਾਂ ਦੇ ਰਾਤ 9:30 ਵਜੇ ਮੈਂ ਆਪਣੇ ਸਿਸਟਰ ਨੂੰ ਨੰਗਲ ਛੱਡਣ ਗਿਆ ਸੀ। ਮੈਨੂੰ ਉਹਨਾਂ ਦੀ ਬੇਟੀ ਦਾ ਫੋਨ ਆਇਆ ਵੀ ਅੰਕਲ ਆ ਸਾਨੂੰ ਪੁਲਿਸ ਲੈਣ ਆਈ ਹੈ। ਮੈਂ ਇਹਨਾਂ ਨੂੰ ਇਹ ਕਿਹਾ ਵੀ ਮੇਰੀ ਗੱਲ ਕਰਾਓ, ਕਿੱਥੇ ਦੀ ਪੁਲਿਸ ਆ? ਉਹ ਕਹਿੰਦੇ ਸਾਨੂੰ ਇਹ ਨਹੀਂ ਪਤਾ ਵੀ ਕਿੱਥੇ ਦੀ ਪੁਲਿਸ ਆ, ਕੌਣ ਸਾਨੂੰ ਲੈਣ ਆਇਆ। ਅਤੇ ਮੈਂ ਜਦੋਂ ਉਹਨਾਂ ਨੇ ਮੈਨੂੰ ਹੋਲਡ ਰੱਖ ਕੇ ਫੋਨ ਕਰਿਆ, ਫਿਰ ਮੈਂ ਉਹਦੀ ਆਵਾਜ਼ ਪਾਉਣ ਲਈ, ਮੈਂ ਕਿਹਾ ਵੀ ਇਹ ਭੈਣੀ ਥਾਣੇਦਾਰ ਆ ਵੀ ਸਦਰ ਦੇ ਵਿੱਚੋਂ ਆ, ਲਿਆਓ ਗੱਲ ਕਰਾਓ ਮੇਰੀ। ਅਤੇ ਉਹਨੇ ਜਦੇ ਕੁੜੀ ਦੇ ਥੱਪੜ ਮਾਰਿਆ ਅਤੇ ਉਹਨੇ ਮੈਨੂੰ ਵੀ, ਮੈਨੂੰ ਸੁਣੀਆਂ ਨੇ, ਰਿਕਾਰਡਡ ਆ ਉਹ, ਮੈਂ ਰਿਕਾਰਡ ਕੁੜੀ ਕੋਲ ਸਾਰਾ ਰਿਕਾਰਡ ਆ ਉਹ, ਵੀ ਮੈਂ ਨਹੀਂ ਇਹ MC ਨਾਲ ਗੱਲ ਕਰਦਾ, ਗਾਲ ਕੱਢੀ ਆ ਕੁੜੀ ਨਾਲ, ਇਹੋ ਜਿਹੀ ਲੈਂਗੁਏਜ ਯੂਜ਼ ਕਰੀ ਆ ਵੀ ਮੈਂ ਉਹ ਦੱਸ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ। ਉਸ ਤੋਂ ਬਾਅਦ ਮੈਂ ਉਹਨੂੰ ਕਿਹਾ ਵੀ ਉਹ ਧੱਕੇ ਨਾਲ ਉਹਨਾਂ ਨੂੰ ਸਦਰ ਥਾਣੇ ਲੈ ਗਏ ਆ। ਮੈਂ ਕਿਹਾ ਵੀ ਮੈਂ SHO ਨੂੰ ਫੋਨ ਕਰਦਾ, ਜਗਜੀਤ ਸਿੰਘ ਨੂੰ, ਉਹ ਵਿਦ ਰਿਕਾਰਡ ਆ ਸਾਰਾ ਕੁੜੀ ਕੋਲ। ਮੈਂ SHO ਨੂੰ ਟੈਲੀਫੋਨ ਕਰਿਆ, SHO ਨੇ ਅਟੈਂਡ ਨਹੀਂ ਕਰਿਆ ਫੋਨ। ਉਸ ਤੋਂ ਬਾਅਦ ਮੈਂ DSP ਸਾਹਿਬ ਨੂੰ ਫੋਨ ਕਰਿਆ ਵੀ ਆਹ ਕਾਰਵਾਈ ਆ, ਸੀਨੀਅਰ ਸਿਟੀਜ਼ਨ ਨੇ ਦੋਨੇ, ਹਾਰਟ ਪੇਸ਼ੈਂਟ ਨੇ, ਵੀ ਇਹ ਤਿੰਨਾਂ ਨੂੰ, ਇਹ ਭੈਣੀ ਥਾਣੇਦਾਰ ਅਤੇ ਗੁਰਮੀਤ ਸਿੰਘ ਦੋਨੇ ਜਾਣੇ ਉੱਥੇ ਉਹਨਾਂ ਨੇ ਰਤਨਹੇੜੀ ਰੋਡ 'ਤੇ ਉਹਨਾਂ ਦੇ ਖੜਾ ਕੇ ਚਪੇੜਾਂ ਮਾਰੀਆਂ ਨੇ। ਕੁੜੀ ਨੇ ਕਿਹਾ ਮੇਰੇ ਵੀ ਅੰਕਲ ਚਪੇੜਾਂ ਮਾਰੀਆਂ। ਮੈਂ ਕਿਹਾ ਗੱਲ ਕਰਾ, ਮੈਂ ਕਿਹਾ ਇੱਦਾਂ ਤੁਸੀਂ ਕਰ ਨਹੀਂ ਸਕਦੇ ਰਾਤ ਨੂੰ ਕਿ ਕਿਸੇ ਵੀ ਸੀਨੀਅਰ ਸਿਟੀਜ਼ਨ ਨੂੰ, ਤੁਸੀਂ ਮੇਰੇ ਨੋਟਿਸ ਲਿਆਓ, ਮੈਂ ਆ ਜੂੰਗਾ, ਮੈਂ ਸਵੇਰੇ ਇਹਨਾਂ ਨੂੰ ਪੇਸ਼ ਕਰ ਦੂੰਗਾ।
कोई गल नहीं उन्होंने पूछी थाने लिया के उन्होंने कुड़ी ने मैनू लाइव सारा कुछ दिखाया भी अंदर उहदे फादर दे केसां दी बेअदबी कुटिया बहुत बुरी तरह चीकां आउंदियां सी मैनू फोन ते सारियां उहने सुणाईयां ने ये मैं DSP साहब दे सारा कुछ नोटिस च लिआंदा है ते इहनां दे बनदी कारवाई करी जावे। एक मोहतवर अवार्ड दा मैं मेरी वाइफ कौंसलर है उस दे नाते मैं इन्हों अपनी जिम्मेवारी ली सी पर पुलिस ने इन्हों की एक भी मेरी भी कोई गल नहीं सुनी ना थानेदार साहब ने दोनों ने मेरे नाल गल करी है ना SHO साहब ने मेरा फोन अटेंड करिया। जिदा कोर्ट दी हदायतां है कि जी बिना जाने के जो सामनी है चाहे परवाना है चाहे कोर्ट दे ऑर्डर है तां करे जा सकदा। दूसरी गल ये है भी नाल लेडीज कॉन्सटेबल भी नहीं हैगी सी की समझदे उहनूं किदां देखदे हो? मैं जी पुलिसिया राज हो गया गुंडागर्दी वो कहिंदा साडे ते साडा अपना राज है थानेदार ने यह सारी गल मैं फोन पर सुन रहा जी कुड़ी ने मैनू आप दसिया उन्हें मनदीप कौर ने भी मेरे थप्पड़ मारे जी मेरे पापा दे मारे थाने ले जाके उन्हें मैनू दसिया रात को 12 बजे उस तो बाद उन्होंने जो कुछ है हालात है बड़ा बड़ा ही SSP साहब दे वो रात को दफ्तर गए ने किसी ने अटेंड नहीं करया मैं DSP साहब दे नोटिस लिया ऑन रिकॉर्ड है मेरे को सारा इन्हें मतलब बनती कार्रवाई जी इन्हों दे सिख होने के नाते वो दाढ़ी तो केसा दी केस वो कोल ने मैं जाके ऐ बन सख्त तो सख्त कार्रवाई होवे दोनों थानेदारां ते ते सरदार जगजीत सिंह SHO दे मैं उन्होंने खुद टैलीफोन करिया भी मैं इस टाइम बाहर हाँ मैं सवेरे इन्हों लैके आ जाऊँगा उन्होंने कोई भी गल नहीं पुछी गई हूँ मैं हॉस्पिटल जाके ऐ बनती सख्त तो सख्त कार्रवाई करी जाए इन्हों परचा दर्ज कराया जाए अगला स्टैप यही है असी सारे रल के धरना लावे हाई कोर्ट जावे मैं महिला कमीशन असी मेल करती हुई है निमिशा मेहता मेल करती हुई है गुलाटी गुलाटी निमिशा गुलाटी जी असी मेल करती हुई है कोई गल नहीं अगे बनती कार्रवाई असी अपने हिसाब न करांगे। जो दो जने दाखिल हुए हैं जसमेल सिंह कुलदीप सिंह जिन्होंने एलीगेशन लाया कि सू सदर की पुलिस ने कुटिया है मैं यदि बैकग्राउंड जानना चाहूँगा कल शामी एक 112 ते कंप्लेंट आई सी लवप्रीत सिंह नूं किडनैप करन बारे ठेके ते बैठ के शराब पी रहे सी बेअंत सिंह दे नाल जदों असीं मौके ते SHO सदर नूं भेजिया आसे पासे पता कीता फुटेज वगैरह वेखी तो सानूं काफ़ी देर बाद जाके पता लग गया 1.5-2 घंटे की मशक्कत तो बाद कि जिहड़ा बंदे हैगे आ उन्होंने शायद कोई नशा छुड़ाओ केंद्र वाले चुक के लै गए उस संबंध असीं जिहड़ा नशा छुड़ाओ केंद्र दा हैगा सरबजीत सिंह उहदे नाल कंटैक्ट किया और ये फादर जो साढ़े ASC ने जाके पुछया कि तुहाडा बेटा कित्थे आ इन्होंने सानूं कहा कि असीं साडा बेटा बेदखल आ सानूं उहदे बारे कोई पता नहीं हैगा वो तस्दीक के संबंध में जो सारी वेरीफिकेशन की उस थाने सदर बुलाया गया इन्हों अपने जसमेल सिंह तो इन्हों की बेटी नाल जरा सरबजीत सिंह है जो चला नशा छुड़ाओ केंद्र उन्होंने भी बुलाया गया जो कि जरा जसमेल सिंह हैगा इन्हें एफीडेविट दिता सू अपने नशा छुड़ाओ केंद्र वालों मेरे बेटे उत्तर दाखिल कराओ जाके इन्हें पुलिस को सानू भी झूठी इनफोरमेशन दी कि मैं मैनू पता नहीं मेरा मुंडा कित्थे हैगा उस तो बाद इन दोवों जन थाने सरबजीत कंग के सामने दोनों पार्टी थाने कट्ठे हुई सी उदों जड़ा हैगा जसमेल सिंह एक तलखी जान के बोलिया SHO नाल उन्हें इन्हों अपने कमरे चो बाहर कढ़ता यदि शराब पीती सी असी यदा राती मैडिकल भी कराया बाकी ये जो उन्होंने एलीगेशन लाए आ मैं SHO सिटी 1 की ड्यूटी लाई है वो इन्होंने वेरीफाई करूँगा और मैं इस गल की तस्दीक करा। खन्ना तो परमजीत सिंह धीमान की खास रिपोर्ट।